पंजाब सरकार दे वल्लों पंचायती जमीना तो कब्जे हटाउण दी मुहिम शुरू की गई है। नाल ही यह भी दम भरिया जा रहा पंजाब सरकार दे वल्लों कि पिंडां दा विकास किया जाएगा, इसलिए पंजाब सरकार वचनबद्ध है। पर हुण कैबिनेट मंत्री कुलदीप सिंह धालीवाल ने भगवंत मान दे कार्यकाल दी तुलना साबका मुख्यमंत्री प्रताप सिंह कैरों दे कार्यकाल नाल कर दिती है। पंजाब दा जिहड़ा सत्यानाश होया हुण तक पिछले 15-20 सालां दे विच ਉਹ ਵੋਟ ਸਿਆਸਤ ਨੇ ਪੰਜਾਬ ਦਾ ਬਹੁਤ ਬੇੜਾ ਗਰਕ ਕੀਤਾ। ਇਹ ਜ਼ਮੀਨਾਂ ਦੇ ਉੱਤੇ ਛੱਪੜਿਆਂ ਦੇ ਉੱਤੇ ਕਬਜ਼ੇ, ਮੈਂ ਖੁਦ ਸਰਪੰਚ ਰਿਹਾ ਆਪਣੇ ਪਿੰਡ ਦਾ, ਇਹ ਜਿਹੜੇ ਕਬਜ਼ੇ ਹੁੰਦੇ ਆ ਵੋਟਾਂ ਦੀ ਖੱਤ ਦੀ ਲੋਕ ਕਰਾ ਦਿੰਦੇ ਆ। ਆਪਣੇ ਕਿਸੇ ਹਮਾਇਤੀ ਨੂੰ 2 ਕਿੱਲੇ ਦੇ ਦਿੱਤੀ, 3 ਕਿੱਲੇ ਦੇ ਦਿੱਤੀ, ਠੀਕ ਹੈ ਜੀ, ਤੋਂ ਬਾਅਦ ਛੱਪੜ ਦੇ ਅਗਲੇ ਨੂੰ ਘਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਇੱਕ ਤਾਂ ਇਹ ਆ, ਇੱਕ ਆ ਗਈ ਸੀਨਾ ਜੋੜੀ ਜਿਹੜੀ ਧੱਕੇ ਦੇ ਨਾਲ ਬਹੁਤ ਲੋਕਾਂ ਨੇ, ਕਈ ਤੁਹਾਨੂੰ ਫਾਦਮ ਅਗਲੇ ਦਿਨਾਂ 'ਚ ਤੁਹਾਡੇ ਸਾਹਮਣੇ ਆ ਜਾਣਗੇ, 100-100 ਏਕੜ ਦੇ, 150-150 ਏਕੜ ਦੇ, 200-200 ਏਕੜ ਦੇ, ਜਿੱਥੇ ਧੱਕੇ ਦਾ ਪੋਲੀਟੀਕਲੀ ਆਪਣੇ ਰਾਜ ਦੇ ਦਾਬੇ ਨਾਲ ਜਿਹੜਾ ਜ਼ਮੀਨਾਂ 'ਤੇ ਕਬਜ਼ੇ ਕੀਤੇ ਆ। ਤੁਸੀਂ ਕਬਜ਼ੇ ਲੈ ਰਹੇ ਹੋ, ਉਸ ਤੋਂ ਬਾਅਦ ਫਿਰ ਇੱਕ ਮਸਲਾ ਕਿ ਜ਼ਮੀਨਾਂ ਨੂੰ ਤੁਸੀਂ ਕਿਵੇਂ ਵੰਡਣਾ ਹੈ, ਇਹਦਾ ਅੱਗੇ ਕਰਨਾ ਕੀ, ਕਿਉਂਕਿ ਦੁਬਾਰਾ ਫਿਰ ਇੱਕ ਵਾਰੀ ਤੁਸੀਂ ਟਰਾਈ ਕਰ ਰਹੇ ਹੋ ਉਹਨਾਂ ਨੂੰ ਵਾਪਸ ਲੈਣ ਦੀ, ਫਿਰ ਉਸ ਤਰੀਕੇ ਨਾਲ ਵੀ ਜਾ ਸਕਦੀ ਹੈ ਵਾਪਸ? ਨਹੀਂ, ਵਾਪਸ ਨਹੀਂ ਜਾਊਗੀ। ਜਿਹੜੀ ਜ਼ਮੀਨ ਅਸੀਂ ਵਾਪਸ ਲੈ ਰਹੇ, ਜਿਹੜੀ ਖੇਤੀ ਵਾਲੀ, ਉਹੀ ਦੁਬਾਰਾ ਫਿਰ ਖੇਤੀ ਲਈ ਉਹਦੀ ਆਪਸ਼ਨ ਕਰਾਂਗੇ, ਬੋਲੀ ਠੇਕੇ 'ਤੇ ਦੇਵਾਂਗੇ। ਔਰ ਜਿਹੜੇ ਕਮਰਸ਼ੀਅਲ ਪਲਾਟ ਨੇ ਬਹੁਤ ਸਾਰੇ ਥਾਵਾਂ 'ਤੇ, ਲੁਧਿਆਣੇ ਸ਼ਹਿਰ ਦੇ ਵਿੱਚ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਥਾਵਾਂ 'ਤੇ ਸਾਡੀ ਕਮਰਸ਼ੀਅਲ ਜ਼ਮੀਨ ਹੈ, ਉਹਨੂੰ ਅਸੀਂ ਕਮਰਸ਼ੀਅਲ ਲਈ ਮਤਲਬ ਯੂਜ਼ ਕਰਾਂਗੇ, ਇੰਡਸਟਰੀ ਲਾਉਣ ਲਈ ਯੂਜ਼ ਕਰਾਂਗੇ, ਸਰਕਾਰ ਯੂਜ਼ ਕਰੂਗੀ, ਮਾਨ ਸਾਹਿਬ ਦੀ ਸਰਕਾਰ ਉਹਨੂੰ ਸਹੀ ਢੰਗ ਨਾਲ ਜਿਹੜਾ ਉਹਦੀ ਬੋਲੀ ਕਰਕੇ ਉੱਥੇ ਇੰਡਸਟਰੀ ਜਿਹੜੀ ਹੈ। ਨਹੀਂ, ਵਿਅਕਤੀ ਜਿਹੜੇ, ਜਿੱਦਾਂ ਅੱਜ ਵੀ ਆਪਾਂ ਜਾਣਾ, 1-2 ਵਿਅਕਤੀ ਆ, ਕੋਈ ਬਹੁਤ ਵੱਡਾ ਨਹੀਂ ਹੈ। ਤੁਸੀਂ ਨੋਟ ਕਰੋ, ਪਿੰਡਾਂ ਦੇ ਅੰਦਰ ਜਿਹੜਾ ਜ਼ਮੀਨਾਂ ਦੇ ਉੱਤੇ ਕਬਜ਼ਾ, ਉਹ ਕਿਤੇ ਸਾਰੇ ਪਿੰਡ ਦੇ ਨਹੀਂ ਕੀਤਾ ਹੁੰਦਾ, 1-2 ਬੰਦੇ ਹੁੰਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਕਬਜ਼ਾ ਕੀਤਾ ਹੁੰਦਾ। ਬਾਕੀ ਦੇ ਲੋਕਾਂ ਦਾ ਵਿਚਾਰਿਆਂ ਦਾ ਇੰਨਾ ਇੰਟਰਸਟ ਨਹੀਂ ਹੁੰਦਾ, ਉਹ ਸਗੋਂ ਚਾਹੁੰਦੇ ਆ ਕਿ ਜਦ ਜ਼ਮੀਨ ਛੁੱਟੇ ਸਾਡੇ ਪਿੰਡ ਦੀ ਆਮਦਨ ਵਧੇ, ਪੰਚਾਇਤ ਨੂੰ ਪੈਸੇ ਆਉਣ, ਔਰ ਬੜੇ ਲੋਕ ਖੁਸ਼ ਆ। ਸਾਨੂੰ ਤਾਂ ਜੀ, ਮੇਰਾ 1 ਮਿੰਟ ਫੋਨ ਬੰਦ ਨਹੀਂ ਹੁੰਦਾ, ਫਾਜ਼ਿਲਕਾ, ਬੋਰ, ਜੀਰਾ, ਪਤਾ ਨਹੀਂ ਕਿੱਥੋਂ ਕਿੱਥੋਂ ਕਾਲ ਆਈ ਜਾਂਦੀਆਂ, ਸਾਡੀ 40-40 ਕਈ ਵਾਰੀ ਲੋਕਾਂ ਨੇ ਨਾ ਜੀ, ਮਤਲਬ ਸਰਕਾਰ ਨੇ 4000 ਏਕੜ ਜ਼ਮੀਨ ਹੈ, ਸਭ ਤੋਂ ਵੱਧ ਪਟਿਆਲਾ ਦਾ ਰਿਕਾਰਡ ਆਇਆ, ਸ਼ਾਮਲਾ ਜ਼ਮੀਨ ਜਿਹੜੀ ਦੱਬੀਆਂ ਹੋਈਆਂ ਨੇ, 4000 ਪੰਜਾਬ ਦਾ ਰਿਕਾਰਡ ਹੈ ਜੀ। ਕੋਈ ਗੱਲ ਨਹੀਂ, ਸਹਿਜੇ ਸਹਿਜੇ ਇੱਥੇ ਲੋਕਾਂ ਨੂੰ ਬੇਨਤੀ ਵੀ ਕਰਾਂਗੇ, ਹੱਥ ਵੀ ਜੋੜਾਂਗੇ, ਘਰੀ ਜਾਣਾ ਪਿਆ ਘਰੀ ਵੀ ਜਾਵਾਂਗੇ, ਨਹੀਂ ਮੰਨਣਗੇ ਫਿਰ ਕਾਨੂੰਨੀ ਕਾਰਵਾਈ। ਜਿਹੜੇ ਪਹਿਲਾਂ ਫੰਡ ਜਾਂਦੇ ਸੀਗੇ ਉਹ ਬਿਨਾਂ ਯੋਜਨਾ ਤੋਂ, ਬਿਨਾਂ ਡਰਾਇੰਗ ਤੋਂ, ਬਿਨਾਂ ਡਿਜ਼ਾਇਨ ਕੀਤਿਆਂ ਤੋਂ ਉਹ ਫੰਡਾਂ ਦੀ ਫਿਰ ਦੁਰਵਰਤੋਂ ਹੋ ਜਾਂਦੀ ਸੀ। ਹੁਣ ਜਿਹੜਾ ਅਸੀਂ ਫੰਡ ਭੇਜਾਂਗੇ ਪਿੰਡਾਂ ਨੂੰ, ਮਾਨ ਸਾਹਿਬ ਦੀ ਸਰਕਾਰ ਜਿਹੜਾ ਪੈਸਾ ਭੇਜੂਗੀ ਉਹਦਾ ਬਕਾਇਦਾ ਪੂਰਾ ਡਿਜ਼ਾਇਨ ਤਿਆਰ ਕਰਕੇ ਆਪਣੇ ਇੰਜੀਨੀਅਰਿੰਗ ਵਿੰਗ ਨੂੰ ਲਾ ਕੇ ਉਹਦਾ ਪੂਰਾ ਹਰ ਚੀਜ਼ ਕਰਕੇ ਕੰਪਲੀਟ ਜਿਹੜੀ ਸਰਕਾਰ ਨੇ, ਮੈਂ ਉਦਣ ਦਾ ਉਹ ਪਿਛਲੀ ਦੀ ਗੱਲ ਕਰੋ ਨਾ ਤੁਸੀਂ, ਸ਼ਨਾਖਤ ਦੇਖੋ ਇੱਕ ਗੱਲ ਤੇ ਨੋਟ ਕਰੋ, ਸਵਾਲ ਪੰਜਾਬ ਦਾ ਸਰ ਮੇਰੀ ਪਾਰਟੀ ਦਾ, ਅਕਾਲੀ ਦਲ ਪਾਰਟੀ ਦਾ ਜਾਂ ਕਾਂਗਰਸ ਪਾਰਟੀ ਦਾ, ਬੀਜੇਪੀ ਦਾ ਕੋਈ ਸਵਾਲ ਨਹੀਂ ਹੈ। ਚਾਹੇ ਸਾਡੀ ਪਾਰਟੀ ਦਾ ਬੰਦਾ ਹੋਵੇ, ਅਕਾਲੀ ਦਲ ਦਾ ਬੰਦਾ ਹੋਵੇ, ਕਾਂਗਰਸ ਦਾ ਬੰਦਾ ਹੋਵੇ, ਕਿਸੇ ਵੀ ਪਾਰਟੀ ਦਾ ਬੰਦਾ ਹੋਊਗਾ ਜੀ, ਜਿੰਨੇ ਜ਼ਮੀਨ ਦੱਬੀ ਹੋਊਗੀ ਹੱਥ ਕੋ ਛਡਾਵਾਂਗੇ, ਤੁਸੀਂ ਇਹ ਗੱਲ ਤੋਂ ਘਬਰਾਓ। ਜਿਹੜੇ ਮਾਮਲੇ ਸਾਡੇ ਹਾਈ ਕੋਰਟ ਦੇ ਵਿੱਚ ਨੇ, ਕਈ ਮਾਮਲੇ ਸੁਪਰੀਮ ਕੋਰਟ ਦੇ ਵਿੱਚ ਵੀ ਨੇ। ਅਸੀਂ ਮਾਨ ਸਾਹਿਬ ਨੂੰ ਬੇਨਤੀ ਕੀਤੀ ਹੈ, ਆਪਣੇ ਐਡਵੋਕੇਟ ਜਨਰਲ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਇੱਕ ਚੰਗੇ ਵਕੀਲਾਂ ਦਾ ਪੈਨਲ ਦਿੱਤਾ ਜਾਵੇ, ਉਹਦੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਅਦਾਲਤ ਵਿੱਚ ਜਾਵਾਂ। ਜਦੋਂ ਤੁਸੀਂ ਸਰਕਾਰਾਂ ਹੁੰਦੀਆਂ, ਸਟੇਟ ਪਾਵਰ ਹੁੰਦੀ ਹੈ, ਹਾਈਵੇ ਬਣਦੇ ਵੇਖੇ ਤੁਸੀਂ, ਜਿੱਦਾਂ ਦੀ ਹਾਈਵੇ ਲੰਘਦਾ, ਜਿਹੜੀ ਚੀਜ਼ ਰਸਤੇ 'ਚ ਆਉਂਦੀ ਅਗਲੇ ਢਾਹ ਕੇ ਪਤਾ ਮਾਰਦੇ। ਅਸੀਂ ਕਿਸੇ ਦਾ ਘਰ ਬਣਿਆ, ਕਿਸੇ ਦਾ ਮਕਾਨ ਬਣਿਆ, ਕੁਛ ਵੀ ਬਣਿਆ, ਪਹਿਲਾਂ ਉਹਨੂੰ ਬੇਨਤੀ ਕਰਾਂਗੇ ਬਈ ਜਾਂ ਛੱਡ ਦੇ, ਜਾਂ ਇਹਦੀ ਕੀਮਤ ਦੇ ਦੇ, ਜਾਂ ਫਿਰ ਤਿਆਰ ਹੋ ਜਾ ਬਲਡੋਜ਼ਰ ਆਉਣਾ।
ਸਿੱਧਾ ਜਵਾਬ ਹੈ 1000 ਏਕੜ ਹੈ ਪੰਜਾਬ ਦੇ ਵਿੱਚ ਜਿਹੜੀ ਸ਼ਾਮਲਟ ਜ਼ਮੀਨ ਹੈ ਹੁਣ ਤੱਕ ਕਿੰਨੀ ਕੁ ਜ਼ਮੀਨ ਆਉਂਦੀ ਹੈ ਨਹੀਂ ਨਹੀਂ ਅਜੇ ਤਾਂ ਸ਼ੁਰੂ ਕੀਤੀ ਆਪਾਂ ਅਜੇ ਤਾਂ 48 ਦੀ ਗੱਲ ਕੀਤੀ ਜਾ ਰਹੀ ਨਹੀਂ ਨਹੀਂ ਬਹੁਤ ਜ਼ਿਆਦਾ ਹੈ ਜੀ 4 ਕਰੋੜ ਦੀ ਜ਼ਮੀਨ ਜਿਹੜੀ ਹੈ ਜੀ 4135 ਦਾ ਜਿਹੜਾ ਅੰਕੜਾ ਨਿਕਲਿਆ ਹੈ ਕਿੱਥੋਂ ਦਾ ਜੀ 4135 ਜਿਹੜੀ ਇਹਨਾਂ ਨੇ ਗੱਲ ਕੀਤੀ ਹੈ 4000 ਦੇ ਅੰਕੜੇ 4135 ਏਕੜ ਹੈ ਸਰ ਵਿਭਾਗ ਦੇ ਹੋਰ ਸੁਧਾਰਾਂ ਬਾਰੇ ਦੱਸੋ ਚਲੋ ਤੁਸੀਂ ਜਦੋਂ ਸਭ ਅੰਕੜੇ ਤੁਹਾਡੇ ਅੱਗੇ ਆਉਣਗੇ ਨਾ ਜਿੱਥੇ ਜਿੱਥੇ ਇੱਕ ਇੱਕ ਦੋ ਦੋ ਵਾਰ ਮੁੱਖ ਮੰਤਰੀ ਰਹੇ ਤੁਹਾਡੇ ਉਹਨਾਂ ਦੀ ਬਹੁਤ ਪਾਰ ਕਿਰਪਾ ਹੋਈ ਹੈ ਨਵੀਨੀਕਰਨ ਕਿਦਾਂ ਕੀਤਾ ਜਾ ਰਿਹਾ ਪਿੰਡਾਂ ਦਾ ਜਿਵੇਂ ਪਿੰਡ ਜਿਵੇਂ ਕਿਹਾ ਜਾਂਦਾ ਕਿ ਉਹਨਾਂ ਨੂੰ ਉਸੇ ਤਰ੍ਹਾਂ ਦੀ ਦੇਖ ਰੱਖੀ ਜਾਏਗੀ ਜਾਂ ਹੋਰ ਵੀ ਪਿੰਡ ਦਾ ਡਿਵੈਲਪਮੈਂਟ ਕਿਦਾਂ ਪਿੰਡ ਦੀ ਕਿਦਾਂ ਹੁਣ ਜੇ ਨਹੀਂ ਅਸੀਂ ਡਿਵੈਲਪਮੈਂਟ ਜਿਹੜੀ ਕਰ ਰਹੇ ਹਾਂ ਦੋ ਤਰ੍ਹਾਂ ਦੀ ਡਿਵੈਲਪਮੈਂਟ ਕਰ ਇੱਕ ਤਾਂ ਇਸ ਵੇਲੇ ਮੇਜਰ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਪੀਣ ਵਾਲਾ ਪਾਣੀ ਅਤੇ ਗੰਦਾ ਪਾਣੀ ਜਿਹੜਾ ਪਿੰਡਾਂ ਦੇ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਬਹੁਤ ਵੱਡਾ ਮੁੱਦਾ ਪਹਿਲਾਂ ਤਾਂ ਅਸੀਂ ਇਹਨੂੰ ਕਰ ਰਹੇ ਹਾਂ ਕਿ ਪੀਣ ਵਾਲਾ ਪਾਣੀ ਸਾਫ਼ ਸੁਥਰਾ ਪਾਣੀ ਲੋਕਾਂ ਤੱਕ ਕਿੱਦਾਂ ਪਹੁੰਚਾਇਆ ਜਾਵੇ ਦੂਜਾ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਛੱਪੜਾਂ ਦੇ ਵਿੱਚ ਪਾਣੀ ਦੀ ਜਗ੍ਹਾ ਹੈ ਨਹੀਂ ਛੱਪੜ ਵੀ ਲੋਕਾਂ ਦੇ ਵੱਲ ਹੈ ਨਾਲੀਆਂ ਦੇ ਵਿੱਚ ਗਲੀਆਂ ਦੇ ਵਿੱਚ ਪਾਣੀ ਫਿਰਦਾ ਗੰਦੇ ਪਾਣੀ ਨੂੰ ਕਿੱਦਾਂ ਕੱਢਣਾ ਉਹਦੇ ਲਈ ਅਸੀਂ ਪੂਰੀ ਮਤਲਬ ਜਿਹੜੀ ਆ ਉਹ ਤਿਆਰੀ ਕਰਦੇ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦੋ ਚਾਰ ਛੱਪੜ ਜਿਹੜੇ ਆ ਉਹ ਤੁਹਾਨੂੰ ਦਿਖਾਵਾਂਗੇ ਕਿੱਦਾਂ ਅਸੀਂ ਠੀਕ ਸਰ ਪਿੰਡਾਂ 'ਚ ਕਰੋੜਾਂ ਦੇ ਪ੍ਰੋਜੈਕਟ ਲੱਗੇ ਸੀ ਜੀ ਪਟਿਆਲਾ ਜ਼ਿਲ੍ਹੇ 'ਚ ਜਾਂ ਪੰਜਾਬ 'ਚ ਪੰਚਾਇਤੀ ਵਿਭਾਗ ਦੇ ਨਾਲ ਮਿਲ ਕੇ ਉਹ ਪ੍ਰੋਜੈਕਟ ਸਰ ਠੱਪ ਹੋ ਕੇ ਰਹਿ ਗਏ ਨੇ ਇੱਕ ਇੱਕ ਸਾਲ ਚੱਲਣ ਤੋਂ ਬਾਅਦ ਕੰਪਨੀਆਂ ਨੇ ਜਿਹੜੀਆਂ ਉਹ ਫਰਾਰ ਹੋ ਗਏ ਨੇ ਉਹਦੇ ਬਾਰੇ ਪੰਚਾਇਤ ਵਿਭਾਗ ਕੀ ਕਰੂਗਾ ਅਸੀਂ ਇਹ ਕਹਿੰਦੇ ਸ਼ਾਇਦ ਤੁਸੀਂ ਮੇਰੀ ਪਹਿਲਾਂ ਵੀ ਪੀਸੀ ਸੁਣੀ ਹੋਵੇ ਅਸੀਂ ਇੱਕ ਗੱਲ ਤੁਸੀਂ ਨੋਟ ਕਰ ਲਓ ਤੁਹਾਡੇ 'ਚੋਂ ਬਹੁਤ ਲੋਕ ਜਾਣਦੇ ਹੋਣਗੇ ਪੰਜਾਬ ਦੇ ਵਿੱਚ ਇੱਕੋ ਇੱਕ ਮੁੱਖ ਮੰਤਰੀ ਹੋਇਆ ਪ੍ਰਤਾਪ ਸਿੰਘ ਕੈਦੋਂ ਸਰਦਾਰ ਪ੍ਰਤਾਪ ਸਿੰਘ ਕੈਦੋਂ ਕੋਲ ਜਦੋਂ ਕੋਈ ਫਾਈਲ ਜਾਂਦੀ ਸੀ ਨਾ ਉਹ ਆਪਣੇ ਸੈਕਟਰੀ ਨੂੰ ਕਹਿੰਦਾ ਸੀ ਕਿ ਮੇਰੇ ਕੋਲ ਉਹ ਫਾਈਲ 'ਤੇ ਦਸਤਖਤ ਕਰਾਇਓ ਜਿਹਦਾ ਅਸਰ ਘੱਟੋ ਘੱਟ 30 ਸਾਲ 25 ਸਾਲ ਰਹੇ ਔਰ ਸਰ ਮੈਂ ਤੁਹਾਨੂੰ ਕਹਿਣ ਲੱਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਦੀ ਸਰਕਾਰ ਦੇ ਵਿੱਚ ਜਿਹੜੀ ਇੱਕ ਵੀ ਇੱਟ ਲੱਗੂਗੀ ਘੱਟੋ ਘੱਟ ਦੁਬਾਰਾ ਉੱਥੇ 25 ਸਾਲ ਇੱਟ ਲਾਉਣ ਦੀ ਲੋੜ ਨਹੀਂ ਪਈ ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਪਰ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਮਾਨ ਕੈਬਨਿਟ ਦੇ ਵਿੱਚ ਕਿਹੜੇ ਅਹਿਮ ਫੈਸਲੇ ਲਏ ਗਏ ਨੇ